ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਅਵਤਾਰ ਗੁਰੂ ਦੀ ਸਰਬੱਤ ਗੁਰ ਸੰਗਤਾਂ ਨੂੰ ਲੱਖ ਲੱਖ ਵਧਾਈ। ਸੋ ਗੁਰੂ ਪਿਆਰ 30 ਤਰੀਕ ਨੂੰ ਨਗਰ ਕੀਰਤਨ ਆਲੀ ਕਲਾਂ ਤੋਂ ਚੱਲ ਕੇ ਸੁਲਤਾਨਪੁਰ ਨੂੰ ਪਹੁੰਚਣਾ, ਪਹਿਲਾ ਨਗਰ ਕੀਰਤਨ ਆ 30 ਤਰੀਕ ਨੂੰ ਦਿਨ ਐਤਵਾਰ। ਸੋ ਦੋ ਦਿਨ ਹੋਰ ਪ੍ਰਭਾਤ ਫੇਰੀਆਂ, ਉਹਨਾਂ ਤੋਂ ਮਗਰੋਂ ਨਗਰ ਕੀਰਤਨ, ਫਿਰ ਪ੍ਰਭਾਤ ਫੇਰੀਆਂ, ਫਿਰ ਨਗਰ ਕੀਰਤਨ, ਫਿਰ ਪ੍ਰਭਾਤ ਫੇਰੀਆਂ, ਫਿਰ ਨਗਰ ਕੀਰਤਨ। ਇਹ ਲਗਾਤਾਰ ਅੰਮ੍ਰਿਤ ਵੇਲੇ ਦਾ ਵੀ ਲਾਹਾ ਲੈਣਾ ਅਤੇ ਨਗਰ ਕੀਰਤਨਾਂ ਦੇ ਵਿੱਚ ਗੁਰੂ ਦਾ ਜਸ ਪਾ ਕੇ, ਗੁਰੂ ਦੀ ਸਿਫਤ ਸਲਾਹ ਕਰਕੇ, ਗੁਰੂ ਦੇ ਅਦਬ ਸਤਿਕਾਰ ਸਨਮਾਨ ਦੇ ਵਿੱਚ ਗੁਰੂ ਪਿਆਰੀਆਂ ਗੁਰਸੰਗਤਾਂ ਨੇ ਲਾਹਾ ਲੈਣਾ। ਸੋ ਸਾਰੀ ਗੁਰਸੰਗਤ ਦਾ ਜੋ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਚਰਨਾਂ ਦੇ ਨਾਲ ਜੁੜ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਸੋ ਇਹ ਉਹ ਭੰਡਾਰ ਆ ਜਿਹਨਾਂ ਨੂੰ ਕੋਈ ਖੋਹ ਨਹੀਂ ਸਕਦਾ। ਜਿਹੜੇ ਤੁਹਾਡੇ ਨਾਲ ਨਿਭਣੇ ਤਾਂ ਅੰਮ੍ਰਿਤ ਵੇਲੇ ਦਾ ਜਾਗਿਆ, ਇਹ ਤੁਹਾਡੇ ਉਸ ਵੇਲੇ ਕੰਮ ਆਉਣਾ ਜਦੋਂ ਜੈ ਮਾਤ ਪਿਤਾ ਸਤਮੀਤ ਨਾ ਪਾਈ ਮਨ ਮੋਹ ਨਾਮ ਤੇਰਾ ਸੰਗ ਸਿਖਾਈ। ਗੁਰੂ ਪਾਤਸ਼ਾਹ ਕਿਰਪਾ ਕਰਨ, ਆਓ ਰੱਬੀ ਬਾਣੀ ਦਾ ਇੱਕ ਅਲਾਹੀ ਸਬਕ। ਬੀਬੀ ਹਰ ਕਵਨ ਉਹਨਾਂ ਦੇ ਸਾਥੀਆਂ ਤੋਂ ਸਰਵਣ ਕਰੀਏ। ਰੱਬੀ ਬਾਣੀ ਤੁਰਕੀ ਬਾਣੀ ਆਈ ਸਰਵੀਰ ਜਿੱਤ ਮਟਾ Thank you.
I'm gonna make it.
ਸੱਜਣਾ ਆਉਂ ਦੇਖਾਂ ਦਰਸ਼ਨ ਤੇਰਾ ਰਾਮ ਕਰ ਆਪਣੇ ਖੜੀ ਕਥਾ ਮੈਂ ਮਨ ਚਾਉ ਕਨੇਰਾ ਰਾਮ ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਮਾਸ਼ਾ ਇਹ ਅਲਾਹੀ ਸ਼ਬਦ ਬੀਬੀ ਹਰਕਮ ਕੌਰ ਤੇ ਉਹਨਾਂ ਦੇ ਸਾਥੀਆਂ ਕੋਲ ਸਰਵਣ ਕੀਤਾ ਇਹੀ ਤਾਂ ਇਹੀ ਚਾਅ ਪਰਮੇਸ਼ਰ ਦੇ ਮਿਲਣ ਦਾ ਸਾਡੇ ਹਿਰਦੇ ਦੇ ਵਿੱਚ ਪੈਦਾ ਹੋ ਜਾਏ ਅਸੀਂ ਉਸ ਮਾਲਕ ਦੇ ਦਰਸ਼ਨਾਂ ਵਾਸਤੇ ਸਾਡੇ ਨੇਤਰ ਪੱਕਣ ਵਾਸਤੇ ਬੇਪਲ ਹੋ ਜਾਣ ਮਿਹਰ ਕਰਨ ਕਿਰਪਾ ਕਰਨ ਸਤਿਗੁਰੂ ਸਭ ਦੇ ਅੰਦਰ ਉਹ ਜਾਗ ਉਹ ਜਾਗ੍ਰਤੀ ਉਹ ਪਰਮੇਸ਼ਰ ਦੇ ਮਿਲਾਪ ਵਾਸਤੇ ਜੋ ਸਾਨੂੰ ਇਹ ਮਨੁੱਖ ਜਨਮ ਮਿਲਿਆ ਕਿ ਸਾਡਾ ਸਫਲ ਹੋ ਜਾਏ ਜਿਸ ਮਕਸਦ ਵਾਸਤੇ ਆਏ ਪੂਰਾ ਹੋ ਜਾਏ ਸੋ ਗੁਰੂ ਪਿਆਰਿਓ 30 ਤਰੀਕ ਨੂੰ ਨਗਰ ਕੀਰਤਨਾ ਆਲੀ ਕਲਾਂ ਤੋਂ ਚੱਲ ਕੇ ਸੁਲਤਾਨਪੁਰ ਲੋਧੀ ਪਹੁੰਚਣਾ ਇਹ ਸਾਰੀਆਂ ਗੁਰਸੰਗਤਾਂ ਨੂੰ ਬੇਨਤੀ ਹੈ ਕਿ ਜੋ ਵੀ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਉਹ ਸਾਰੇ ਸ਼ਾਮਲ ਹੋ ਸਕਦੇ ਆ ਬੀਬੀਆਂ ਮਾਤਾਵਾਂ ਵੀਰ ਭੈਣ ਬਜ਼ੁਰਗ ਜੋ ਵੀ ਕਿਉਂਕਿ 14 ਕਿਲੋਮੀਟਰ ਦਾ ਸਫ਼ਰ ਆ ਉਹ ਪੈਦਲ ਚੱਲ ਕੇ ਬੇਅੰਤ ਗੁਰਸੰਗਤਾਂ ਹਾਜ਼ਰੀ ਭਰਨਗੀਆਂ ਸੋ ਆਪਾਂ ਕਦਮਾਂ ਨੂੰ ਸਫਲ ਕਰਨਾ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਅੱਗੇ ਹੋਈ ਹੈ ਸੋ ਗੁਰੂ ਪਿਆਰਿਓ ਅੰਮ੍ਰਿਤ ਵੇਲੇ ਦਾ ਆਪ ਗੁਰਸੰਗਤਾਂ ਲਾਹਾ ਲੈ ਰਹੇ ਹਾਂ ਸੋ ਜਿਹੜੇ ਲੰਘ ਗਏ ਉਹ ਮੁੜ ਕੇ ਹੱਥ ਨਹੀਂ ਆਉਣਗੇ ਤੇ ਉਹ ਸੌਂਕ ਕੇ ਲਿਆ ਲੈ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਨਿਗਾ ਲੈ ਉਹ ਵਾਪਸ ਨਹੀਂ ਆਉਣੇ ਜਿਹੜੇ ਰਹਿੰਦੇ ਆ ਉਹਨਾਂ ਦਾ ਆਪਾਂ ਨੂੰ ਪਤਾ ਨੀ ਉਹ ਕਿੰਨੇ ਕੁ ਰਹਿੰਦੇ ਆ ਉਹ ਵਾਹਿਗੁਰੂ ਜਾਣਦਾ ਸੋ ਸਤਿਗੁਰੂ ਦੇ ਚਰਨਾਂ ਚ ਅਰਦਾਸ ਆ ਪਾਤਸ਼ਾਹ ਕਿਰਪਾ ਕਰੋ ਜਿਹੜੇ ਰਹਿੰਦੇ ਸਵਾਸ ਆ ਉਹ ਤੁਹਾਡੀ ਯਾਦ ਵਿੱਚ ਲੰਘ ਜਾਣ ਸੋ ਸੇਵਾ ਸਿਮਰ ਉਪਕਾਰ ਦੇ ਵਿੱਚ ਲੰਘ ਜਾਣ ਸੋ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਉਹਨਾਂ ਬਚਨਾਂ ਤੇ ਫਲ ਚੜ੍ਹਾਈਏ ਕਵਣ ਗੁਰੂ ਬਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੇ ਦਾਈ ਦਾਇਆ ਕਿਲੇ ਤਗਲ ਹਵਾ ਪਾਣੀ ਤੇ ਧਰਤੀ ਨੂੰ ਬਚਾਉਣ ਵਾਸਤੇ ਇਹਦੀ ਤੰਦਰੁਸਤੀ ਬਚਾਉਣ ਵਾਸਤੇ ਯਤਨ ਕਰੀਏ ਪਰਾਲੀ ਨੂੰ ਅੱਗ ਨਾ ਲਾਈਏ ਕਿਉਂਕਿ ਹਵਾ ਵਿੱਚ ਪ੍ਰਦੂਸ਼ਣ ਹੁੰਦਾ ਆ ਹਵਾ ਦੇ ਪ੍ਰਦੂਸ਼ਣ ਕਰਕੇ ਜਿਹੜਾ ਇਹ ਕਿਉਂ ਆਈ ਲੈਵਲ ਜਿਹੜਾ ਹੈ ਉਹ 50 ਤੇ ਹੋਣਾ ਚਾਹੀਦਾ ਜਿਹੜਾ ਹੁਣ 200 ਤੋਂ ਪਾਰ ਕਰ ਗਿਆ ਸੋ ਇਹ ਹਵਾ ਦੇ ਪ੍ਰਦੂਸ਼ਣ ਕਰਕੇ 50% ਜਿਹੜਾ ਕੈਂਸਰ ਆ ਹਵਾ ਦੇ ਪ੍ਰਦੂਸ਼ਣ ਕਰਕੇ ਹੁੰਦਾ ਜਿਹੜੇ ਛੋਟੇ ਬੱਚੇ ਆ
ਜਿਹਨਾਂ ਦੀ ਉਮਰ ਥੋੜੀ ਹੈ, ਸਾਲ ਤੋਂ ਵੀ ਛੋਟੇ ਹੈ, ਉਹਨਾਂ ਦੇ ਉੱਤੇ ਇਸ ਏਅਰ ਪੋਲੂਸ਼ਨ ਦਾ ਬਹੁਤ ਮਾੜਾ ਪ੍ਰਭਾਵ ਪੈਂਦਾ। ਉਹਨਾਂ ਨੂੰ ਆਕਸੀਜਨ ਦੀ ਲੋੜ ਹੁੰਦੀ ਹੈ ਵੱਧ ਕਿ ਉਹਨਾਂ ਨੇ ਉਹ ਸਾਰਾ ਕੁਛ ਡਿਵੈਲਪ ਕਰਨਾ ਹੁੰਦਾ ਨਵਾਂ। ਜਦੋਂ ਇਸ ਉਮਰ ਦੇ ਵਿੱਚ ਉਹਨਾਂ ਨੂੰ ਆਕਸੀਜਨ ਘੱਟ ਮਿਲਦੀ ਜਾਂ ਪ੍ਰਦੂਸ਼ਿਤ ਹਵਾ ਮਿਲਦੀ ਹੈ, ਜੋ ਦਿਮਾਗ ਦੇ ਉੱਤੇ ਆ, ਉਹਨਾਂ ਦਾ ਪੂਰਾ ਵਿਕਸਿਤ ਨਹੀਂ ਹੁੰਦਾ ਤੇ ਮੁੜ ਕੇ ਉਹਨਾਂ ਦਾ ਕੋਈ ਇਲਾਜ ਵੀ ਨਹੀਂ। ਸੋ ਅਸੀਂ ਇਸੇ ਕਰਕੇ ਬੇਨਤੀ ਕਰਦੇ ਹਾਂ ਕਿ ਗੁਰੂ ਪਾਤਸ਼ਾਹ ਨੇ ਸਾਨੂੰ ਇਹੀ ਉਪਦੇਸ਼ ਕੀਤਾ, ਭਾਈ ਹਵਾ ਪਾਣੀ ਤੇ ਧਰਤੀ ਇਹ ਤਿੰਨੇ ਪ੍ਰਦੂਸ਼ਿਤ ਨਹੀਂ ਕਰਦੇ। ਸੋ ਕਿਸੇ ਤਰ੍ਹਾਂ ਵੀ ਇਹ ਆਪਾਂ ਗੁਰੂ ਦੇ ਬਚਨਾਂ ਤੋਂ ਬਾਹਰ ਨਹੀਂ ਜਾਣਾ, ਕਿਉਂਕਿ ਇਹੀ ਕਾਰਨ ਹੈ ਬਾਣੀ ਦੱਸਦੀ ਪਰਮੇਸ਼ਰ ਤੇ ਭੁੱਲੇ ਹੁੰਦੇ ਆਪਣੇ ਸਭੇ ਰੋਗ। ਆਪਾਂ ਗੁਰੂ ਨੂੰ ਤਾਂ ਮੰਨਦੇ ਹਾਂ, ਸਤਿਕਾਰ ਦਿੰਦੇ ਹਾਂ, ਸਨਮਾਨ ਦਿੰਦੇ ਹਾਂ, ਪਰ ਜੋ ਗੁਰੂ ਪਾਤਸ਼ਾਹ ਸਾਨੂੰ ਉਪਦੇਸ਼ ਦਿੰਦੇ ਆ ਉਹਨਾਂ ਤੇ ਵੀ ਅਸੀਂ ਚੱਲਦੇ। ਉਹਨਾਂ ਦੇ ਉਪਦੇਸ਼ ਤੇ ਚੱਲਣ ਲੱਗੇ ਕਦੇ ਕਿਸੇ ਨੂੰ ਗੁਰਸਿੱਖ ਨੂੰ ਘਾਟਾ ਨਹੀਂ ਪਿਆ, ਵਾਧੇ ਹੀ ਹੁੰਦੇ ਆ। ਜਿਹੜਾ ਗੁਰੂ ਦੇ ਬਚਨ ਮੰਨ ਗਿਆ, ਗੁਰੂ ਬਖਸ਼ਿਸ਼ਾਂ ਦੇਣ ਵਾਲਾ, ਜੋ ਮੰਨ ਗਏ ਠਾਕਰ ਆਪਣੇ ਤੇ ਸੋਈ ਸੋਈ ਦੇਵਾ। ਗੁਰੂ ਪਿਆਰੇ, ਹਵਾ ਪਾਣੀ ਤੇ ਧਰਤੀ ਨੂੰ ਬਚਾਉਣਾ, ਪਾਣੀ ਇਹ ਧਰਤੀ ਤੇ ਖੇਤੀ ਕਰਨ ਵਾਲੇ ਕਿਸਾਨਾਂ ਦਾ ਪਾਣੀ ਹੈ, ਇਹ ਪਸ਼ੂਆਂ ਦਾ ਪਾਣੀ ਹੈ, ਇਹ ਪੰਛੀਆਂ ਦਾ ਪਾਣੀ ਹੈ, ਇਹ ਜਲਚਰ ਜੀਵਾਂ ਦਾ ਪਾਣੀ ਹੈ। ਇੱਥੇ ਇਕੱਲੇ ਮਨੁੱਖ ਦਾ ਅਧਿਕਾਰ ਨਹੀਂ, ਸੋ ਪਾਣੀ ਸਾਰੇ ਲਈ ਜ਼ਰੂਰੀ ਹੈ, ਹਵਾ ਸਾਰੇ ਲਈ ਜ਼ਰੂਰੀ ਹੈ, ਤੇ ਜਿਹੜੀ ਖੁਰਾਕ ਹੈ ਉਹ ਵੀ ਸਾਰੇ ਲਈ ਜ਼ਰੂਰੀ ਹੈ। ਇਹ ਤਿੰਨ ਚੀਜ਼ਾਂ, ਹਵਾ ਪਾਣੀ ਤੇ ਧਰਤ ਬਚਾਉਣੀ, ਇਹ ਤਿੰਨ ਕਾਰਜ ਜਿਹੜੇ ਹੈਗੇ ਆ ਸਭ ਤੋਂ ਅਹਿਮ ਆ। ਜੇ ਇਹ ਤਿੰਨੇ ਤੰਦਰੁਸਤ ਆ ਫਿਰ ਮਨੁੱਖ ਵੀ ਤੰਦਰੁਸਤ ਰਹੂਗਾ। ਤੇ ਗੁਰੂ ਪਿਆਰੇ, ਅਸੀਂ ਬਹੁਤ ਇਹਨਾਂ ਕੁਦਰਤੀ ਸੋਮਿਆਂ ਦੇ ਨਾਲ ਧੱਕਾ ਕੀਤਾ, ਪਿੰਡਾਂ ਦੇ ਸੱਪੜਾਂ ਤੋਂ ਲੈ ਕੇ ਦਰਿਆ ਨਦੀਆਂ ਬੇਲਾਂ ਸਭ ਨੂੰ ਅਸੀਂ ਪ੍ਰਦੂਸ਼ਿਤ ਕੀਤਾ, ਤੇ ਅੱਜ ਉਹਦਾ ਖਮਿਆਜਾ ਬਿਮਾਰੀਆਂ ਦੇ ਰੂਪ ਦੇ ਵਿੱਚ ਭੁਗਤ ਰਿਹਾ। ਸੋ ਆਪਾਂ ਇਹਨਾਂ ਕੁਦਰਤੀ ਖਜ਼ਾਨਿਆਂ ਨੂੰ ਵੀ ਜਾਣਾ ਤੇ ਉਸ ਪ੍ਰਭੂ ਪਰਮੇਸ਼ਰ ਦੇ ਨਾਲ, ਕਿਉਂਕਿ ਇਸ ਧਰਤੀ ਤੇ ਸਦਾ ਨਹੀਂ ਰਹਿਣਾ, ਉਸ ਪ੍ਰਭੂ ਪਰਮੇਸ਼ਰ ਦੇ ਕੋਲ ਜਾਣਾ। ਇੱਥੇ ਕੋਈ ਚੰਗੇ ਕਰਮ ਕਰਕੇ ਦੁਨੀਆਂ ਤੇ ਜਾਈਏ, ਨੇਕ ਕਰਮ ਕਰਕੇ ਜਾਈਏ, ਜੋ ਉਹਨਾਂ ਨੇ ਸਾਨੂੰ ਦਿੱਤਾ, ਜਿਸ ਸਾਨੂੰ ਵਿੱਚ ਸਾਹ ਲੈ ਰਹੇ ਹਾਂ, ਜਿਸ ਪਾਣੀ ਨੂੰ ਪੀ ਕੇ ਜੀ ਰਹੇ ਹਾਂ, ਜਿਸ ਧਰਤੀ ਤੇ ਜੀ ਰਹੇ ਹਾਂ, ਉਹਨੂੰ ਕੋਈ ਨੁਕਸਾਨ ਨਾ ਪਹੁੰਚਾਈਏ, ਕਿਉਂਕਿ ਇੱਕ ਉਸ ਪ੍ਰਭੂ ਪਰਮੇਸ਼ਰ ਦੀ ਬਖਸ਼ਿਸ਼ ਦੇ ਰੂਪ ਦੇ ਵਿੱਚ ਮਿਲੀ ਹੋਈ ਹੈ। ਇਹ ਇਲਾਹੀ ਜਿਹੜੇ ਹੈ ਅਨਮੋਲ ਰਤਨ ਹੈ, ਇਹਨਾਂ ਨੂੰ ਸੰਭਾਲਣਾ ਸਾਡਾ ਫਰਜ਼ ਬਣਦਾ। ਮਨ ਚਾਰੇ ਕੁੰਡਾ ਭਾਲੀਆਂ
Bye.
Thank you.
Oh,
ਹਾਂ ਤੁਮਰੀ ਕਰੋ ਨਿਤ ਆਸ ਪ੍ਰਭੂ ਮੋਹੇ ਤਪ ਕਰ। ਜਦੋਂ ਪਾਤਸ਼ਾਹ ਮੈਨੂੰ ਆਪਣੇ ਗਲ ਦੇ ਨਾਲ ਲਾਉਂਦੇ ਤੇ ਆਸ ਦੇ ਨਾਲ ਤੇ ਵਿਸ਼ਵਾਸ ਦੇ ਨਾਲ ਸਤਿਗੁਰ ਤੇਰੇ ਚਰਨਾਂ ਦੇ ਨਾਲ ਜੁੜੇ ਹਰ ਗੁਰੂ ਸਿੰਘ ਦੇ ਗੁਰੂ ਪਾਤਸ਼ਾਹ ਦੇ ਚਰਨਾਂ ਤੇ ਪਹੁੰਚਣਾ ਚਾਹੁੰਦਾ। ਹਰ ਇੱਕ ਦੀ ਅਰਦਾਸ ਹੈ ਤੇ ਗੁਰੂ ਮਹਾਰਾਜ ਬਾਣੀ ਰਾਹੀਂ ਕੋ ਵੇਦਨਾ ਉਹ ਅੰਦਰ ਦੀ ਤੜਫ ਜੋ ਗੁਰਸਿੱਖ ਦੇ ਅੰਦਰ ਹੈ ਉਹ ਆਪਣੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦਾ ਔਰ ਤੁਮਰੀ ਕਰੋ ਇਤਿਹਾਸ ਪ੍ਰਭ ਮੋਹੇ ਕੱਪ ਕਰਨ ਲਾਵਾਂ। ਉਦੋਂ ਪਾਤਸ਼ਾਹ ਮੇਰੀ ਸੇਵਾ ਸਰਦਾ ਸਤਿਕਾਰ ਪਿਆਰ ਤੇਰੇ ਦਰ ਤੇ ਪ੍ਰਵਾਨ ਹੋਊਗਾ। ਹਰ ਗੁਰਸਿੱਖ ਆਪਣੇ ਸਤਿਗੁਰੂ ਦੇ ਪਾਵਨ ਚਰਨਾਂ 'ਚ ਅਰਦਾਸ ਕਰਦਾ ਗੁਰੂ ਪਾਤਸ਼ਾਹ ਕਿਰਪਾ ਕਰਨ ਮਿਹਰ ਕਰਨ ਸਾਨੂੰ ਬਾਣੀ ਦੀ ਸਮਝ ਆਵੇ ਅਸੀਂ ਉਸ ਰਾਹ ਦੇ ਉੱਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਸਕੀਏ। ਸੋ ਗੁਰੂ ਪਿਆਰਿਓ ਤੇ ਭਾਗਾਂ ਵਾਲਾ ਸਮਾਂ ਹੈ ਅੰਮ੍ਰਿਤ ਵੇਲੇ ਦਾ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਉਹਦੀ ਨਜ਼ਰ ਦੇ ਨਾਲ ਮੁਕਤੀ ਦੇ ਦੁਆਰ ਖੁੱਲਦੇ ਆ। ਸਤਿਗੁਰ ਨਜ਼ਰ ਕਰਦੇ ਨੇ ਕਿਰਪਾ ਕਰਦੇ। ਸੋ ਗੁਰੂ ਪਿਆਰਿਓ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦਾ ਜਿਹੜਾ ਸੌਂਕ ਹੀ ਲੰਘ ਜਾਂਦਾ ਜਿਹੜਾ ਲਾਹਾ ਲੈਣ ਵਾਲਾ ਸਮਾਂ ਉਦੋਂ ਇਹ ਸੌਂ ਜਾਂਦਾ ਲਾਹੇ ਤੋਂ ਢੇਲਾ ਢੇਲਾ ਤੋਟੇ ਕੋ ਵੇਖਦਾ ਆ। ਇਹ ਮਾੜੇ ਕੰਮਾਂ ਲਈ ਇਹ ਕਦੇ ਝਿਜਕ ਨਹੀਂ ਕਰਦਾ ਪਰ ਜਦੋਂ ਉੱਠਣ ਦਾ ਵੇਲਾ ਹੁੰਦਾ ਉਦੋਂ ਇਹ ਸੌਂ ਜਾਂਦਾ। ਸੋ ਇਹ ਮਾੜੇ ਭਾਗ ਭਾਗ ਜਿਨ੍ਹਾਂ ਦੇ ਮੁੰਡੇ ਦਿੱਤੀ ਮਾਂ ਤੇ ਨਹੀਂ ਜਾਗਦੇ ਭਾਗ ਜਿਨ੍ਹਾਂ ਦੇ ਮੁੰਡੇ ਦਿੱਤੀ ਮਾਂ ਤੇ ਨਹੀਂ ਜਾਗਦੇ।
ਚੰਗੇ ਪਾਸੇ ਮਨ ਜਿਹੜਾ ਹੈ ਉਹ ਲੱਗਦਾ ਤੇ ਨਹੀਂ ਸੰਸਾਰ ਜਿਹੜਾ ਹੈ ਜਦੋਂ ਸੌਣ ਦਾ ਵਕਤ ਉਦੋਂ ਜਾਗਦਾ ਰਹਿੰਦਾ ਤੇ ਜਦੋਂ ਜਾਗਣ ਦਾ ਵੇਲਾ ਆਉਂਦਾ ਤੇ ਉਸ ਵੇਲੇ ਸੌ ਜਾਂਦਾ। ਸੋ ਇਸ ਵਾਸਤੇ ਕਬੀਰ ਸਾਹਿਬ ਨੇ ਕਿਹਾ ਕਿ ਜਿਹੜੀ ਖਾਣ ਵਾਲੀ ਚੀਜ਼ ਹੈ ਜੋ ਲਾਹਾ ਲੈਣ ਵਾਲਾ ਉਹ ਅਸੀਂ ਲੈ ਨਹੀਂ ਰਹੇ। ਸੰਤੋਂ ਮਾਖਣ ਖਾਇਆ ਸਾਸ ਪੀ ਸੰਸਾਰ, ਜਿਹਦੇ ਅੰਮ੍ਰਿਤ ਵੇਲਾ ਉਹ ਪਰਮੇਸ਼ਰ ਦਾ ਨਾਮ ਜਪਣ ਦਾ ਉਹ ਸੰਤ ਜਨ ਰੱਬ ਦੇ ਪਿਆਰੇ ਗੁਰਮੁਖ ਜਨ ਜਪ ਲੈਂਦੇ। ਤੇ ਜਿਹੜਾ ਸੰਸਾਰ ਦੀ ਲੜਾਈ ਕਹਿੰਦੇ ਲੱਸੀ ਦੀ ਲੜਾਈ ਹੈ, ਉਹ ਸਾਰੀ ਜਿਹੜੀ ਲੜ ਹੁੰਦੀ ਹੈ ਤੇ ਉਹ ਲੱਸੀ ਜਿਹੜੀ ਹੈ ਉਹਦੇ ਉੱਤੇ ਜਿਹੜਾ ਹੈ ਸਾਰਿਆਂ ਦਾ ਜ਼ੋਰ ਆ, ਪਰ ਜਿਹੜਾ ਉੱਤੇ ਮੱਖਣ ਆ ਉਹ ਕਹਿੰਦੇ ਰੱਬ ਦੇ ਪਿਆਰੇ ਗੁਰਮੁਖ ਉਹ ਸਮਝ ਜਾਂਦੇ ਆ। ਸੰਤੋ ਮਾਖਣ ਖਾਇਆ ਸਾਸ ਪੀਏ ਸੰਸਾਰ, ਸਾਸ ਲੱਖੀ ਨੂੰ ਕਹਿੰਦੇ ਆ। ਸੋ ਲੱਸੀ ਵਾਸਤੇ ਸੰਸਾਰ ਲੜ ਰਿਹਾ, ਜਿਸ ਕਾਰਜ ਵਾਸਤੇ ਅਸੀਂ ਦੁਨੀਆਂ 'ਤੇ ਆਏ ਹਾਂ, ਜਿਹੜਾ ਮਕਸਦ ਆ ਸਾਡਾ, ਉਹਦੇ ਤੋਂ ਅਸੀਂ ਬਿਲਕੁਲ ਅਣਜਾਣ। ਇਹ ਜੁਗ ਮਿੱਠਾ ਅਤੇ ਅਗਲਾ ਕਿਹਨੇ ਡਿੱਠਾ, ਇਸ ਨੂੰ ਆਧਾਰ ਬਣਾ ਕੇ ਜੋ ਕੁਛ ਹੈ ਲੁੱਟ ਲਓ, ਜੋ ਕੁਛ ਹੈ ਖੱਟ ਲਓ। ਉਹਦੇ ਵਾਸਤੇ ਮਾਇਆ ਦੇ ਵਾਸਤੇ ਅਸੀਂ ਲੱਗੇ ਹਾਂ। ਜੋ ਸਾਨੂੰ ਨਾਮ ਦਾ ਧਨ ਇਕੱਠਾ ਕਰਨਾ ਚਾਹੀਦਾ ਉਹਦੇ ਤੋਂ ਅਸੀਂ ਬੇਚਣੇ ਹਾਂ। ਸੋ ਗੁਰੂ ਪਾਤਸ਼ਾਹ ਕਿਰਪਾ ਕਰਨ, ਮਿਹਰ ਪੈਣ ਕਰਨ, ਸਮਝ ਪਵੇ ਜਿਸ ਵਖਰ ਕੋ ਲੈਣ ਤੋਂ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਹੁਮਾਨ ਦੇਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਉਹ ਪਰਮੇਸ਼ਵਰ ਦਾ ਨਾਮ ਹਿਰਦੇ ਦੇ ਵਿੱਚ ਵਿਸਾਲਾ, ਉਸ ਨਾਮ ਤੋਂ ਬਿਨਾਂ ਤੇਰੀ ਕੋਈ ਕੀਮਤ ਨਹੀਂ, ਕੋਈ ਵੈਲਿਊ ਨਹੀਂ। ਨਾਮ ਤੋਂ ਬਿਨਾਂ ਕੁਛ ਪੱਲੇ ਨਹੀਂ। ਇਹ ਦੁਨੀਆਂ ਦੀ ਕਰੰਸੀ ਉੱਥੇ ਨਹੀਂ ਪਹੁੰਚਣੀ ਜਿੱਥੇ ਪੈ ਜਾਣਾ। ਸੋ ਜੇ ਨਾਮ ਜਾਣਾ, ਪਰਮੇਸ਼ਵਰ ਦਾ ਨਾਮ ਜਾਣਾ, ਜੇ ਮਾਤ ਪਿਤਾ ਸਤਮੇਤ ਨਾ ਪਾਈ ਮਾਨਾ, ਉਹ ਨਾਮ ਤੇਰਾ ਸੰਗ ਸਹਾਇ। ਬੰਗਲਾ ਨਾਮ ਨੂੰ ਪੱਲੇ ਨਾਲ ਨਾਲ
ਦੇ ਨਾਲ ਜਾਣਾ, ਬਾਕੀ ਸਾਰਾ ਕੁਛ ਇੱਥੇ ਰਹਿ ਜਾਣਾ। ਜੈ ਮਾਤ ਪਿਤਾ ਸਤਿਬੇਤ ਨਾ ਭਾਈ ਮਨ ਉਹਦਾ ਨਾਮ ਤੇਰਾ ਸੰਗ ਸਹਾਈ। ਜੇ ਕੋਈ ਪੱਲੇ ਨਾਮ ਦੀ ਦਾਤ ਬੰਨ ਲਵੇਗਾ ਤੇ ਦੁਨੀਆਂ ਦੇ ਵਿੱਚ ਵੀ ਸੋਭਾ ਪਾਵੇਗਾ ਤੇ ਦਰਗਾਹ ਦੇ ਵਿੱਚ ਵੀ ਤੇਰਾ ਸਤਿਕਾਰ ਹੋਊਗਾ। ਸੋ ਗੁਰੂ ਪਾਤਸ਼ਾਹ ਕਿਰਪਾ ਕਰਨੀ। ਸੋ ਆਓ ਇੱਕ ਸ਼ਬਦ ਸਰਪੰਚ ਸਾਹਿਬ ਰੱਬੀ ਬਾਣੀ ਦਾ ਸਰਵਣ ਕਰਾਉਣਗੇ। ਸੋ ਸਾਰੀਆਂ ਗੁਰਸੰਗਤਾਂ ਲਗਾਤਾਰ ਅੱਜ ਪੰਜਵਾਂ ਦਿਨ ਅੰਮ੍ਰਿਤ ਵੇਲੇ ਉੱਠ ਕੇ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਡੀਆਂ ਸਰਕਾਰ ਨੂੰ ਮਾਤਾਵਾਂ ਬੀਬੀਆਂ ਭੈਣਾਂ ਵੀਰ ਬਜ਼ੁਰਗ ਜਿੱਥੇ ਇਸ ਪ੍ਰਭਾਤ ਫੇਰੀਆਂ ਦੇ ਵਿੱਚ ਸ਼ਾਮਿਲ ਹੁੰਦੇ ਆ ਉੱਥੇ ਥਾਂ ਥਾਂ ਤੇ ਗੁਰਸੰਗਤਾਂ ਦੇ ਪਿਆਰ ਸ਼ਰਧਾ ਹੈ। ਗੁਰਸੰਗਤਾਂ ਦੀ ਸੇਵਾ ਹੋ ਰਹੀ ਹੈ। ਸਤਿਗੁਰ ਸਾਹਿਬ ਦਾ ਸਤਿਕਾਰ ਪਿਆਰ ਸੇਵਾ ਭਾਵ ਦੇ ਅੰਦਰ ਪ੍ਰਵਾਨ ਕਰ ਆਓ ਸਰਵਣ ਕਰੀਏ ਅਲਾਦੀ ਪਾਣੀ ਅਲਾਦੀ ਸਭ Thank you.
Thank you.
ਜੋ ਜਨ ਲੇ ਖਸਮ ਕਾ ਨਾਉ ਤੈਨ ਕੈ ਸਤਿਗੁਰ ਹਾਰੇ ਜਾ। ਕਬੀਰ ਸਾਹਿਬ ਕਹਿੰਦੇ ਜਿਹੜੇ ਮੇਰੇ ਖਸਮ ਦਾ ਨਾਂ ਲੈਂਦੇ ਆ, ਮੇਰੇ ਪ੍ਰਭੂ ਪਰਮੇਸ਼ਰ ਨੂੰ ਯਾਦ ਕਰਦੇ ਆ, ਮੈਂ ਉਹਨਾਂ ਤੋਂ ਬਲਹਾਰੇ ਜਾਣਾ, ਵਾਰੀ ਜਾਣਾ, ਸਦਕੇ ਜਾਣਾ, ਕਿਉਂਕਿ ਮੇਰੇ ਮਾਲਕ ਨੂੰ ਚੇਤੇ ਕਰਦੇ। ਹੋਏ ਇਲਾਹੀ ਬਾਣੀ ਇਲਾਹੀ ਸ਼ਬਦ ਭਾਈ ਜਗਿੰਦਰ ਸਿੰਘ ਉਹਨਾਂ ਦੇ ਕੀਰਤਨੀ ਵਿਸ਼ੇ ਤੋਂ ਤਰਪਣ ਕਰ ਰਹੇ ਸੀ। ਧਰਤੀ ਬਾਣੀ ਆਈ ਤਿੰਨ ਸਦੀ ਤਿੰਨ ਤੁਮਤਾਈ ਮਹਾਂਵਾਤਾਂ ਸਾਧ ਅਗਤਾ ਸੰਸਾਰ ਦੁਨੀਆਂ ਜਿਹੜੀ ਆ ਸਮੱਸਿਆ ਦੀ ਘਿਰੀ ਹੋਈ ਹੈ ਅਤੇ ਉਹਦਾ ਰਾਹ ਜਿਹੜਾ ਹੈ ਉਹ ਗੁਰਬਾਣੀ ਦਿਖਾ ਸਕਦੀ ਹੈ। ਗੁਰਬਾਣੀ ਦੇ ਵਿੱਚ ਰਸਤਾ ਹੈ। ਅੱਜ ਅਸੀਂ ਹਵਾ ਪਾਣੀ ਧਰਤੀ ਦੋਨੇ ਪ੍ਰਦੂਸ਼ਿਤ ਕਰ ਦਿੱਤੇ ਹੈ ਅਤੇ ਇਹ ਤਿੰਨੇ ਹੀ ਸਾਡੇ ਜੀਵਨ ਲਈ ਜ਼ਰੂਰੀ ਹੈ। ਸੋ ਇਹਨਾਂ ਨੂੰ ਬਚਾਉਣਾ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਸੀਚੇਵਾਲ ਦੇ ਵਿੱਚ ਅੱਜ ਤੋਂ 21 ਸਾਲ ਪਹਿਲਾਂ ਜਿੰਨਾ ਪਾਣੀ ਅਸੀਂ ਵਰਤੋਂ ਕਰਦੇ ਹਾਂ, ਯੂਜ ਕਰਦੇ ਹਾਂ, ਸਾਰਾ ਖੇਤੀ ਦੇ ਲਈ ਵਰਤਦੇ ਹਾਂ, ਰੀਯੂਜ ਕਰਦੇ ਹਾਂ, ਉਹਦੇ ਵਿੱਚ ਬਾਰਿਸ਼ਾਂ ਦਾ ਪਾਣੀ ਵੀ ਯੂਜ ਕਰਦੇ। ਸੋ ਇਸੇ ਤਰ੍ਹਾਂ ਜਿਹੜੀ ਸੌਰ ਵਿਵਸਥਾ ਇਹ ਵੀ ਅਸੀਂ ਸਾਰਿਆਂ ਨੇ ਸੰਭਾਲਣੀ ਹੈ। ਸੌਲਡ ਵੇਸਟ ਕੀ ਹੈ? ਜਿਹੜੇ ਸਾਡੇ ਲਿਫਾਫੇ ਆ ਜਾਂ ਅਸੀਂ ਕੇਲੇ ਖਾ ਲੈਂਦੇ ਹਾਂ ਉਹਦੀਆਂ ਸਿੱਲਾਂ, ਅਸੀਂ ਸਲਗਮ ਧਰ ਲੈਂਦੇ ਹਾਂ ਉਹਦੀਆਂ ਸਿੱਲਾਂ, ਉਹ ਕੂੜੇ 'ਚ ਚਲ ਜਾਂਦੀਆਂ। ਸੋ ਜੋ ਵੀ ਅਸੀਂ ਵਰਤਦੇ ਹਾਂ ਉਹੀ ਆ, ਉਹਨੂੰ ਸੰਭਾਲ ਕੇ ਰੱਖਣਾ। ਗਿੱਲਾ ਕੂੜਾ ਵੱਖਰਾ, ਸੁੱਕਾ ਕੂੜਾ ਵੱਖਰਾ, ਅਤੇ ਜਿਹੜੀ ਸਾਡੀ ਮੈਡੀਕਲ ਵੇਸਟ ਆ ਉਹਨੂੰ ਅਸੀਂ ਵੱਖਰਾ ਰੱਖਣਾ। ਇਹ ਤਿੰਨ ਚੀਜ਼ਾਂ ਇਹਨਾਂ ਨੂੰ ਖਿਲਣ ਤੋਂ ਬਚਾ ਲਈਏ। ਆਪਣੇ ਹਰ ਘਰ ਦੇ ਵਿੱਚ ਇਹ ਤਿੰਨ ਬਾਲਟੀਆਂ ਲਾ ਲਈਏ ਤਾਂ ਕਿ ਖਿਲਣ ਨਾ, ਅਤੇ ਇਹਨਾਂ ਨੂੰ ਥਾਂ ਚਿਰ ਪਹੁੰਚ ਜਾਣ, ਅਤੇ ਨਾ ਹੀ ਤਾਂ ਸਾਡੇ ਇਹ ਪਿੰਡਾਂ ਦੇ ਵਿੱਚ ਸਾਡੇ ਪਾਣੀਆਂ ਦੇ ਵਿੱਚ ਲਿਫਾਫੇ ਜਾਣ, ਸਾਡੇ ਖੇਤਾਂ ਦੇ ਵਿੱਚ ਲਿਫਾਫੇ ਜਾਣ। ਇਹ ਦੁਬਾਰਾ ਰੀਸਾਈਕਲ ਹੋ ਜਾਂਦੇ ਆ। ਇਹਦਾ ਕਾਰਨ ਸੜਕਾਂ ਤੇ ਕਿਉਂ ਫਿਰਦੇ ਕਿ ਅਸੀਂ ਇਹਨੂੰ ਸੰਭਾਲਦੇ ਨਹੀਂ, ਆਪਣੇ ਪਿੰਡ ਦੀ ਸਵੱਛਤਾ ਸਫਾਈ ਵਾਸਤੇ ਸਾਰੇ ਹਰ ਪਿੰਡ ਦੇ ਵਿੱਚ ਇਹ 553 ਅਵਤਾਰ ਪੁਰਬ ਦੇ ਉੱਤੇ ਇਹ ਪਰਣ ਕਰੀਏ ਕਿ ਅਸੀਂ ਆਪਣੇ ਪਿੰਡ ਨੂੰ ਸਾਫ ਰੱਖਣਾ। ਜੇ ਹਰ ਪਿੰਡ ਆਪਣੇ ਪਿੰਡ ਦੀ ਆਪ ਸਫਾਈ ਰੱਖ ਲੈ ਸਾਰਾ ਸਾਡਾ ਮੁਲਕ ਸਾਫ ਹੋ ਸਕਦਾ, ਵਿਸ਼ਵ ਸਾਫ ਹੋ ਸਕਦਾ। ਸੋ ਆਪਣੇ ਹੱਥੀ ਆਪਣਾ ਆਪ ਹੀ ਕਾਰ ਸਵਾਰੀਏ। ਜਿੱਥੇ ਪਿੰਡਾਂ ਦੇ ਵਿੱਚ ਸੱਪੜ ਬਣਾ ਕੇ ਸੀਚੇਵਾਲ ਮਾਡਲ ਲਾ ਕੇ ਟ੍ਰੀਟ ਕਰਕੇ ਪਾਣੀ ਖੇਤੀ ਨੂੰ ਲਾ ਰਹੇ ਹਾਂ, ਉੱਥੇ ਸਾਡੀ ਸੋਲਿਡ ਵੇਸਟ ਜਿਹੜੀ ਆ ਉਹ ਜਿਹੜੀ ਗਿੱਲਾ ਕੂੜਾ ਉਹਦੀ ਖਾਦ ਬਣ ਜਾਣੀ ਹੈ, ਸੁੱਕਾ ਕੂੜਾ ਜਿਹੜਾ ਉਹ ਰੁਪਈਏ ਹੀ ਆ ਉਹ ਵਿੱਕ ਜਾਣਾ,
ਇਹਨੂੰ ਸੰਭਾਲਣ ਦੀ ਲੋੜ ਆ। ਇਹ ਦੋਨੋਂ ਸੰਭਾਲ ਲਈਏ। ਤੇ ਤੀਸਰੀ ਹੈ ਸਾਡੇ ਕੋਲ ਮੈਡੀਕਲ ਵੇਸਟ, ਜਿਹੜੇ ਉਹਨੂੰ ਅਸੀਂ ਸੰਭਾਲਣਾ, ਦਵਾਈਆਂ ਜਾਂ ਬੱਚਿਆਂ ਦੇ ਆਪਾਂ ਲਾਉਣੇ ਜਿਹੜੇ ਹੈਗੇ ਟੈਂਪਰ ਜੈਮ, ਹੋਰ ਇਹੋ ਜਿਹਾ ਸਮਾਨ ਆ, ਇਹਨੂੰ ਵੀ ਅਸੀਂ ਸੰਭਾਲਣਾ, ਕਿਉਂਕਿ ਇਹ ਤੋਂ ਵੀ ਅੱਗੇ ਇੱਕ ਦੂਸਰੇ ਦੇ ਨਾਲ ਬਿਮਾਰੀਆਂ ਜਾਂਦੀਆਂ। ਸੋ ਇਹ ਤਿੰਨ ਚੀਜ਼ਾਂ ਸੰਭਾਲ ਲਈਏ, ਹਵਾ ਪਾਣੀ ਤੇ ਧਰਤੀ ਸੰਭਾਲ ਲਈਏ। ਸਮਝ ਲਓ ਆਪਾਂ ਬਾਬੇ ਨਾਨਕ ਦੀ ਗੱਲ ਜਿਹੜੀ ਆ ਉਹ ਮੰਨ ਲਈ, ਤੇ ਜੇ ਅਸੀਂ ਉਹਦੀ ਗੱਲ ਮੰਨ ਲਈਏ ਫਿਰ ਸੰਸਾਰ ਦੇ ਵਿੱਚ ਵੀ ਬਿਮਾਰੀਆਂ ਤੋਂ ਰਹਿਤ, ਦਰਗਾਹ ਦੇ ਵਿੱਚ ਵੀ ਜੈ ਜੈਕਾਰ ਆ। ਸੋ ਗੁਰੂ ਪਾਤਸ਼ਾਹ ਕਿਰਪਾ ਕਰਨ, ਮਿਹਨਤ ਕਰਨ, ਉਹ ਰੱਬੀ ਪਿਆਰ ਸਤਿਕਾਰ ਜੋ ਗੁਰੂ ਨਾਨਕ ਪਾਤਸ਼ਾਹ ਨੇ ਨੇਚਰ ਨੂੰ ਦਿੱਤਾ, ਹਵਾ ਪਾਣੀ ਤੇ ਧਰਤੀ ਨੂੰ ਦਿੱਤਾ, ਉਹ ਪਿਆਰ ਅਸੀਂ ਸਾਰੇ ਮੰਗੀਏ। ਸੋ ਸਾਰੀ ਗੁਰਸੰਗਤ ਜਿੱਥੇ ਜਿੱਥੇ ਵੀ ਇਹ ਆਵਾਜ਼ ਜਾਂਦੀ ਹੈ, ਬਾਣੀ ਕਹਿੰਦੀ ਜਿੱਥੇ ਜਾਏ ਬਈਏ ਭਲਾ ਕਹੀਏ, ਅਸੀਂ ਜਿੱਥੇ ਵੀ ਰਹਿ ਰਹੇ ਹਾਂ, ਜਿਸ ਧਰਤੀ ਤੇ ਰਹਿ ਰਹੇ ਹਾਂ, ਜਿਸ ਮੁਲਕ ਚ ਰਹਿ ਰਹੇ ਹਾਂ, ਜਿਸ ਪਿੰਡ ਚ ਰਹਿ ਰਹੇ ਹਾਂ, ਜਿਸ ਸ਼ਹਿਰ ਚ ਰਹਿ ਰਹੇ ਹਾਂ, ਸਾਡਾ ਫਰਜ਼ ਬਣਦਾ ਕਿ ਉਹਨੂੰ ਅਸੀਂ ਸਾਫ਼ ਸੁਥਰਾ ਰੱਖੀਏ। ਸੋ ਜੇ ਅਸੀਂ ਸਾਫ਼ ਸੁਥਰਾ ਰੱਖਾਂਗੇ ਤੇ ਬਿਮਾਰੀਆਂ ਤੋਂ ਬਚ ਜਾਵਾਂਗੇ, ਅਲਾਮਤਾਂ ਤੋਂ ਬਚ ਜਾਵਾਂਗੇ, ਸੁਖੀ ਹੋ ਜਾਵਾਂਗੇ। ਸੋ ਆਓ ਸਾਰੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਸੰਤ ਜੋੜੀਏ ਤੇ ਲਾਈਏ। ਸਤਿਨਾਮ ਸ੍ਰੀ ਰਾਮ।